ਤੁਸੀਂ ਮੀਟਿੰਗ 'ਚ ਸੀਗੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਆਏ ਸੀਗੇ, ਤੁਸੀਂ ਆਪਣੀਆਂ ਸਮੱਸਿਆਵਾਂ ਦੱਸੀਆਂ ਸੀ, ਪਰ ਹੁਣ ਟੈਕਸ ਤੁਹਾਡੇ ਤੇ ਇੱਕ ਹੋਰ ਲੱਗਾ ਨਵਾਂ। ਕੇਜਰੀਵਾਲ ਸਾਹਿਬ ਨੂੰ ਕਿਹਾ ਸੀਗਾ ਵੀ ਸਾਡੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਅਸੀਂ ਹਰਟ ਹੋਈ ਹੈਗੀ ਹੋਟਲ ਇੰਡਸਟਰੀ, ਵੀ ਅੱਜ ਕਿਤੇ ਇਹ ਨਾ ਹੋਵੇ ਵੀ ਅੱਜ ਅਸੀਂ ਤੁਹਾਡੇ ਨਾਲ ਡਾਇਰੈਕਟ ਮੀਟਿੰਗ ਕਰ ਰਹੇ ਹਾਂ, ਕੱਲ ਨੂੰ ਫਿਰ ਅਸੀਂ ਤੁਹਾਡੇ ਖਿਲਾਫ ਖੜੇ ਹੋਈਏ। ਸਾਨੂੰ ਮਾਣ ਹੈ ਆਪਣੀ ਹੋਟਲ ਇੰਡਸਟਰੀ ਕਿ ਸਾਡੀ ਜਿਹੜੀ ਹੋਟਲ ਇੰਡਸਟਰੀ ਹੈ ਵੱਧ ਤੋਂ ਵੱਧ ਮੈਕਸੀਮਮ ਜਿਹੜਾ ਫੋਰਨ ਐਕਸਚੇਂਜ ਦਾ ਰੈਵਨਿਊ ਕ੍ਰੀਏਟ ਕਰ ਰਹੀ ਹੈਗੀ, ਪਰ ਸਾਡੀਆਂ ਸਰਕਾਰਾਂ ਇਸ ਚੀਜ਼ ਨੂੰ ਕੋਈ ਤਵੱਜੋ ਨਹੀਂ ਦੇ ਰਹੀਆਂ। ਪਾਵਰ, ਸੈਨੀਟੇਸ਼ਨ ਜਾਂ ਕੋਈ ਫੈਸਿਲਿਟੀ ਰੋਡ ਦੀ ਦਿੰਦੀ ਹੈ ਤਾਂ ਸਾਡੇ ਤੋਂ ਚਾਰਜਸ ਲੈਂਦੀ ਹੈਗੀ ਹੈ, ਉਹ ਅਸੀਂ ਆਲਰੇਡੀ ਪੇ ਕਰ ਰਹੇ ਹਾਂ, ਹੁਣ ਅਸੀਂ ਰੋਡ ਤੋਂ ਨਿਕਲਣ ਵਾਸਤੇ ਕਿਸ ਚੀਜ਼ ਦਾ ਟੈਕਸ ਪੇ ਕਰੀਏ? ਤਿੰਨ ਚਾਰ ਸਾਲ ਤੋਂ ਸੁਣਿਆ ਸੀ ਲੱਗ ਰਿਹਾ ਟੈਕਸ, ਪਰ ਜਿਹੜਾ ਇੰਪਲੀਮੈਂਟ ਹੋਇਆ ਇਹ ਸਰ ਇਹ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੁਣ ਹੋਰ ਜਾ ਰਿਹਾ ਹੈਗਾ। ਇਹ ਜਿਹੜੀ ਨੋਟੀਫਿਕੇਸ਼ਨ ਪੁਰਾਣੀ ਹੈਗੀ ਹੈ, ਇਹ 3 ਸਾਲ ਤੋਂ ਇੰਪਲੀਮੈਂਟ ਨਹੀਂ ਹੋਈ ਗਰਾਊਂਡ 'ਤੇ, ਉਹ ਆਟੋਮੈਟਿਕਲੀ ਰਿਜੈਕਟ ਹੋ ਰਹੀ ਹੈ, ਬਟ ਇਹ ਕਿਤੇ ਨਾ ਕਿਤੇ ਸਾਨੂੰ ਇਹ 'ਚ ਇਹਨਾਂ ਨੇ ਬਾਉਂਡ ਕੀਤਾ ਹੈ, ਪ੍ਰੈਸ਼ਰ ਕੀਤਾ ਜਾ ਰਿਹਾ ਸਾਡੇ ਤੋਂ ਵੀ ਪੈਸੇ ਭਰਾਓ, ਵਿਦ ਇਨ ਵੀਕ ਪੈਸੇ ਭਰੋ, ਨਹੀਂ ਤਾਂ ਅਸੀਂ ਜਿਹੜਾ ਹੈਗਾ ਤੁਹਾਡੀ ਜਿਹੜੀ ਹੈ ਹੋਟਲ ਮੇਨ ਰੋਡ ਤੋਂ ਐਂਟਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਸਾਰਿਆਂ ਵਾਸਤੇ ਵੱਡਾ ਕ੍ਰਾਈਸਿਸ ਹੈਗਾ, ਔਰ ਸਾਰਿਆਂ ਨੇ ਮਿਲ ਕੇ ਡਿਸਾਈਡ ਕੀਤਾ ਹੈਗਾ ਵੀ ਅਸੀਂ ਇਹ ਟੈਕਸ ਪੇ ਨਹੀਂ ਕਰਨਾ। ਕੱਲਾ ਹਾਈਵੇਜ਼ ਦੇ ਉੱਪਰ ਨਹੀਂ, ਕੱਲਾ ਇਹਨਾਂ ਨੇ ਇੰਟਰਨਲ GT ਰੋਡ ਦੇ ਉੱਪਰ ਵੀ ਲਾਇਆ ਹੈਗਾ, ਜਦਕਿ GT ਰੋਡ ਜਿਹੜੇ ਇੰਟਰਨਲ ਰੋਡ ਸੀ ਉਹ 30-30 40-40 50-50 ਸਾਲ ਪੁਰਾਣੇ ਹੋ ਚੁੱਕੇ ਹੈਗੇ ਆ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤਾਂ ਹਰ ਵਰਗ ਨਾਲ ਵੱਡੇ ਵਾਅਦੇ ਕੀਤੇ ਗਏ ਸੀ, ਉਹਦੇ ਵਿੱਚ ਹੀ ਪੰਜਾਬ ਹੋਟਲ ਇੰਡਸਟਰੀ ਦਾ ਵੀ ਇੱਕ ਵੱਡਾ ਇਸ਼ੂ ਸੀਗਾ ਕਿ ਲਗਾਤਾਰ ਕੋਰੋਨਾ ਕਾਲ ਤੋਂ ਜਿਹੜੀ ਹੋਟਲ ਇੰਡਸਟਰੀ ਹੈ ਘਾਟੇ 'ਚ ਜਾ ਰਹੀ ਸੀ। ਤਾਂ ਤੁਹਾਨੂੰ ਦੱਸ ਦਈਏ ਹੁਣ ਨਵਾਂ ਇੱਕ ਰੋਡ ਅਸੈਸ ਟੈਕਸ ਜਿਹੜਾ ਲਗਾ ਦਿੱਤਾ ਗਿਆ, ਜਿਹੜੇ ਹਾਈਵੇ ਤੇ ਹੋਟਲਸ ਰਿਜ਼ੋਰਟ ਹੈਗੇ ਆ ਉਹਨਾਂ ਟੈਕਸ ਲਾਇਆ, ਤਾਂ ਹੁਣ ਇੱਕ ਵੱਡੀ ਰਾਹਤ ਦੀ ਉਮੀਦ ਸੀਗੀ ਹੋਟਲ ਇੰਡਸਟਰੀ ਨੂੰ ਕਿ ਸਰਕਾਰ ਬਦਲੀ ਹੈ ਤਾਂ ਕੁਛ ਨਾ ਕੁਛ ਰਾਹਤ ਮਿਲੂਗੀ। ਤਾਂ ਸਾਡੇ ਨਾਲ ਪੰਜਾਬ ਹੋਟਲ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਪੰਜਾਬ ਦੇ, ਸਤੀਸ਼ ਅਰੋੜਾ ਸਾਡੇ ਨਾਲ ਨੇ, ਉਹਨਾਂ ਨਾਲ ਕਰਦੇ ਹਾਂ। ਅਰੋੜਾ ਸਾਹਿਬ, ਤੁਸੀਂ ਮੀਟਿੰਗ 'ਚ ਸੀਗੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਆਏ ਸੀਗੇ, ਤੁਸੀਂ ਆਪਣੀਆਂ ਸਮੱਸਿਆਵਾਂ ਦੱਸੀਆਂ ਸੀ, ਪਰ ਹੁਣ ਟੈਕਸ ਤੁਹਾਡੇ ਤੇ ਇੱਕ ਹੋਰ ਲੱਗਾ ਨਵਾਂ। ਦੇਖੋ, ਆਫਟਰ ਕੋਵਿਡ ਇੱਕ ਹੌਸਪਿਟੈਲਿਟੀ ਸੈਕਟਰ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀਗਾ, ਜਿੱਥੇ ਸੈਕਟਰ ਨੂੰ 16,000 ਤੋਂ ਉੱਪਰ 16,000 ਕਰੋੜ ਤੋਂ ਉੱਪਰ ਜਿਹੜਾ ਇਹ ਇਸ ਇੰਡਸਟਰੀ ਨੂੰ ਲੌਸ ਹੋਇਆ ਸੀਗਾ। ਉਦੋਂ ਕਿਤੇ ਨਾ ਕਿਤੇ ਐਕਸਪੈਕਟ ਕਰ ਰਹੇ ਸੀ ਵੀ ਸਟੇਟ ਜਾਂ ਸੈਂਟਰ ਕੋਈ ਨਾ ਕੋਈ ਸਾਨੂੰ ਜਿਹੜੀ ਕੋਈ ਏਡ ਦੇਗਾ, ਕੋਈ ਹੈਲਪ ਕਰੇਗਾ, ਕਿਉਂਕਿ ਉਹ ਟਾਈਮ ਸਾਡੇ ਵਾਸਤੇ ਇੰਡਸਟਰੀ ਦਾ ਸਭ ਤੋਂ ਮਾੜਾ ਟਾਈਮ ਸੀ। ਬਟ ਕਿਸੇ ਨੇ ਸਾਡੀ ਨਹੀਂ ਸੁਣੀ, ਨਾ ਸਟੇਟ ਨੇ ਨਾ ਸੈਂਟਰ ਨੇ, ਸਾਨੂੰ ਕੋਈ ਸਾਨੂੰ ਏਡ ਨਹੀਂ ਦਿੱਤੀ, ਕੋਈ ਬੈਨੀਫਿਟ ਦਿੱਤੀ। ਇਨ ਬਿਟਵੀਨ ਜਿਹੜੀ ਸਾਡੀ ਹੋਟਲ ਇੰਡਸਟਰੀ ਬੰਦ ਰਹੀ ਹੈ, ਉਹਨਾਂ ਦੇ ਪਾਵਰ ਬਿੱਲ, ਜਿਹੜੇ ਪ੍ਰੋਪਰਟੀ ਟੈਕਸ, ਇਸੇ ਤਰ੍ਹਾਂ ਦੇ ਸਾਰੇ ਟੈਕਸ ਸਾਡੇ ਜਿਹੜੇ ਬੰਦ ਪਈ ਪ੍ਰੋਪਰਟੀ 'ਤੇ ਵੀ ਸਾਡੇ ਤੋਂ ਇਹਨਾਂ ਨੇ ਚਾਰਜ ਕੀਤੇ। ਤੁਹਾਡੇ ਨਾਲ ਮੀਟਿੰਗ ਵੀ ਹੋਈ ਸੀ, ਹੋਟਲ ਇੰਡਸਟਰੀ ਟ੍ਰੇਡ ਵਾਲਿਆਂ ਨੂੰ ਸਾਰੇ ਬੁਲਾਇਆ ਸੀਗਾ, ਤੇ ਉਦੋਂ ਕੀ ਆਸ਼ਵਾਸਨ ਕੀ ਦਿੱਤਾ ਗਿਆ? ਡੈਫੀਨਿਟ ਸਰ, ਮੈਨ ਟੂ ਮੈਨ ਡਾਇਰੈਕਟ ਸਾਡੀ ਮੀਟਿੰਗ ਹੋਈ ਸੀ ਕੇਜਰੀਵਾਲ ਸਰ ਜੀ ਨਾਲ। ਉਸ ਤੋਂ ਪਹਿਲਾਂ ਮੈਂ ਇੱਕ ਇਹ ਵੀ ਰੈਫਰੈਂਸ ਦਿੱਤਾ ਸੀਗਾ ਵੀ ਜਦੋਂ ਉਸ ਤੋਂ ਪਹਿਲਾਂ ਕਾਂਗਰਸ ਦੀ ਇੱਕ ਸਰਕਾਰ ਆਈ ਸੀਗੀ, ਉਹਨਾਂ ਨਾਲ ਵੀ ਸਾਡੀ ਉਹ ਸੇਮ ਮੀਟਿੰਗ ਹੋਈ ਸੀ। ਅਸੀਂ ਕੇਜਰੀਵਾਲ ਸਾਹਿਬ ਨੂੰ ਕਿਹਾ ਸੀਗਾ ਵੀ ਸਾਡੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਅਸੀਂ ਹਰਟ ਹੋਈ ਹੈਗੀ ਹੋਟਲ ਇੰਡਸਟਰੀ, ਵੀ ਅੱਜ ਕਿਤੇ ਇਹ ਨਾ ਹੋਵੇ ਵੀ ਅੱਜ ਅਸੀਂ ਤੁਹਾਡੇ ਨਾਲ ਡਾਇਰੈਕਟ ਮੀਟਿੰਗ ਕਰ ਰਹੇ ਹਾਂ, ਕੱਲ੍ਹ ਨੂੰ ਫਿਰ ਅਸੀਂ ਤੁਹਾਡੇ ਖਿਲਾਫ ਖੜੇ ਹੋਈਏ। ਬਟ ਕਿਤੇ ਨਾ ਕਿਤੇ ਸਿਚੁਏਸ਼ਨ ਅੱਜ ਫਿਰ ਉਹੀ ਹੋ ਗਈ ਹੈ, ਅੱਜ ਫਿਰ ਸਾਨੂੰ ਇੱਕ ਬਾਹਰ ਨਿਕਲਣਾ ਪੈ ਰਿਹਾ। ਹੋਟਲ ਇੰਡਸਟਰੀ ਬਹੁਤ ਵੱਡੇ ਕ੍ਰਾਈਸਿਸ 'ਚ ਹੈਗੀ ਹੈ, ਜਦਕਿ ਹੋਟਲ ਇੰਡਸਟਰੀ ਇੱਕ ਉਹ ਇੰਡਸਟਰੀ ਹੈ ਜਿਹੜਾ ਦੁਨੀਆ 'ਚ ਸਭ ਤੋਂ ਜ਼ਿਆਦਾ ਇੰਪਲਾਈਮੈਂਟ ਦੇ ਰਹੀ ਹੈਗੀ ਹੈ। ਜੇ ਟੈਕਸੇਸ਼ਨ ਦੀ ਗੱਲ ਕਰੀਏ ਤਾਂ ਟੈਕਸੇਸ਼ਨ ਦੇਣ 'ਚ ਵੀ ਨੰਬਰ 1 ਹੈ। ਕੋਈ ਵੀ ਜਿਹੜੀ ਕੰਟਰੀ ਜਿਹੜੀ ਹੈਗੀ ਹੈ ਬਗੈਰ ਫੋਰਨ ਐਕਸਚੇਂਜ ਤੋਂ ਉਹ ਡਿਵੈਲਪ ਨਹੀਂ ਕਰ ਸਕਦੀ। ਸਾਨੂੰ ਮਾਣ ਹੈ ਆਪਣੀ ਹੋਟਲ ਇੰਡਸਟਰੀ ਕਿ ਸਾਡੀ ਜਿਹੜੀ ਹੋਟਲ ਇੰਡਸਟਰੀ ਹੈ ਵੱਧ ਤੋਂ ਵੱਧ ਮੈਕਸੀਮਮ ਜਿਹੜਾ ਫੋਰਨ ਐਕਸਚੇਂਜ ਦਾ ਰੈਵਨਿਊ ਕ੍ਰੀਏਟ ਕਰ ਰਹੀ ਹੈਗੀ, ਪਰ ਸਾਡੀਆਂ ਸਰਕਾਰਾਂ ਇਸ ਚੀਜ਼ ਨੂੰ ਕੋਈ ਤਵੱਜੋ ਨਹੀਂ ਦੇ ਰਹੀਆਂ। ਇਸ ਸਰਕਾਰ ਤੋਂ ਕਿੰਨਾ ਕੁ ਧੱਕਾ ਲੱਗਿਆ, ਕਿਉਂਕਿ ਉਮੀਦਾਂ ਬਹੁਤ ਸੀਗੀਆਂ, ਇਸ ਤੋਂ ਕਿੰਨਾ ਧੱਕਾ ਲੱਗਾ ਕਿ ਨਵਾਂ ਟੈਕਸ ਲਾਇਆ, ਉਹ ਵੀ ਥੋੜਾ ਦੱਸੋ ਕੀ ਹੈ? ਡੈਫੀਨੇਟ, ਅਸੀਂ ਇਹ ਸਰਕਾਰ ਦੀ ਬੜੀ ਖੁੱਲ ਕੇ ਅਸੀਂ ਫੇਵਰ ਕੀਤੀ ਸੀ, ਬੜੀ ਸਪੋਰਟ ਕੀਤੀ ਸੀ, ਬੜੀਆਂ ਉਮੀਦਾਂ ਸੀਗੀਆਂ, ਬਟ ਸਾਨੂੰ ਉਹਦੇ ਤੋਂ ਜਿਹੜੀਆਂ ਪੁਰਾਣੀਆਂ ਸੀ ਰਿਲੀਫ ਤੱਕ ਹੀ ਮਿਲਣਾ ਸੀ। ਇੱਕ ਇੱਕ ਨਵਾਂ ਦਾ ਰੋਡ ਅਸੈਸ ਟੈਕਸ ਹੈਗਾ ਜਿਹੜਾ ਕਿ ਬਿਲਕੁਲ ਗਲਤ ਹੈਗਾ, ਕਿਉਂਕਿ ਜਦੋਂ ਸਾਡੀ ਕੋਈ ਵੀ ਅਸੀਂ ਕਾਰਪੋਰੇਸ਼ਨ ਤੋਂ ਜਾਂ ਨਕਸ਼ਾ ਪਾਸ ਕਰਾਉਂਦੇ ਹਾਂ ਤਾਂ ਆਲਰੇਡੀ ਇਸੇ ਤਰ੍ਹਾਂ ਦੇ ਇੱਕ ਐਕਸਟਰਨਲ ਡਿਵੈਲਪਮੈਂਟ ਚਾਰਜਿਸ ਹੁੰਦੇ ਆ, ਜਿਹਨੂੰ ਅਸੀਂ EDC ਕਹਿੰਦੇ ਹਾਂ, ਉਹ ਅਸੀਂ ਆਲਰੇਡੀ ਪੇ ਕਰ ਦਿੰਦੇ ਹੈਗੇ ਹਾਂ। ਉਹਦੇ 'ਚ ਗੌਰਮੈਂਟ ਕੋਈ ਵੀ ਫੈਸਿਲਿਟੀ ਦਿੰਦੀ ਹੈਗੀ, ਰੋਡਸ ਦੀ ਪਾਵਰ ਸੈਨੀਟੇਸ਼ਨ ਜਾਂ ਕੋਈ ਫੈਸਿਲਿਟੀ ਰੋਡ ਦੀ ਦਿੰਦੀ ਹੈ ਤਾਂ ਸਾਡੇ ਤੋਂ ਚਾਰਜਿਸ ਲੈਂਦੀ ਹੈਗੀ ਹੈ, ਉਹ ਅਸੀਂ ਆਲਰੇਡੀ ਪੇ ਕਰ ਰਹੇ ਹਾਂ। ਹੁਣ ਅਸੀਂ ਰੋਡ ਤੋਂ ਨਿਕਲਣ ਵਾਸਤੇ ਕਿਸ ਚੀਜ਼ ਦਾ ਟੈਕਸ ਪੇ ਕਰੀਏ? ਇਹ ਬਿਲਕੁਲ ਸਾਡੇ ਕੋਲ ਐਕਚੁਅਲੀ ਤਾਂ ਇਹ 3-4 ਸਾਲ ਤੋਂ ਸੁਣਿਆ ਸੀ ਲੱਗ ਰਿਹਾ ਟੈਕਸ, ਪਰ ਜਿਹੜਾ ਇੰਪਲੀਮੈਂਟ ਹੋਇਆ ਇਹ ਸਰ ਇਹ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੁਣ ਹੋਰ ਜਾ ਰਿਹਾ ਹੈਗਾ। ਉਹਦੇ 'ਚ ਇੱਕ ਹੋਰ ਵੀ ਹੈਗਾ, ਕੋਈ ਵੀ ਜਿਹੜਾ ਨੋਟੀਫਿਕੇਸ਼ਨ ਹੈਗੀ 3 ਸਾਲ ਤੱਕ ਜੇ ਕੋਈ ਉਹ ਇੰਪਲੀਮੈਂਟ ਨਹੀਂ ਹੁੰਦੀ, ਇਹ ਜਿਹੜੀ ਨੋਟੀਫਿਕੇਸ਼ਨ ਪੁਰਾਣੀ ਹੈਗੀ ਹੈ ਇਹ 3 ਸਾਲ ਤੋਂ ਇੰਪਲੀਮੈਂਟ ਨਹੀਂ ਹੋਈ ਗਰਾਊਂਡ 'ਤੇ, ਉਹ ਆਟੋਮੈਟਿਕਲੀ ਰਿਜੈਕਟ ਹੋ ਰਹੀ ਹੈ। ਬਟ ਇਹ ਕਿਤੇ ਨਾ ਕਿਤੇ
ਕਿੰਨਾ ਕੁ ਲੌਸ ਹੈ, ਕਿੰਨੀ ਫੀਸ ਰੱਖੀ ਗਈ ਹੈ ਤੇ ਕਿੰਨੀ ਕੁ ਇਹਦੇ ਉੱਤੇ ਕਹਿ ਸਕਦੇ ਕਿ ਨੁਕਸਾਨ ਹੋ ਗਿਆ ਇਸ ਚੀਜ਼ ਦਾ? ਇਹ ਇੱਕ ਜੇ ਛੋਟੇ ਯੂਨਿਟ ਦੀ ਅਸੀਂ ਗੱਲ ਕਰੀਏ ਹੋਟਲ ਦੇ, 1.5 ਲੱਖ ਰੁਪਇਆ ਪਰ ਐਨਮ ਮੰਗਿਆ ਜਾ ਰਿਹਾ ਹੈ, ਔਰ ਇਹ ਕਹਿੰਦੇ ਜੀ ਪਿਛਲੇ 8-10 ਸਾਲ ਤੋਂ ਭਰੋ, ਪਿਛਲਾ ਵੀ ਸਾਰਾ ਭਰੋ, ਜਦੋਂ ਤੋਂ ਇਹ ਕਹਿੰਦੇ ਵੀ ਇਹਦੀ ਨੋਟੀਫਿਕੇਸ਼ਨ ਆਈ ਹੈ ਇਹ ਉਦੋਂ ਤੋਂ ਇਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ, ਜਿਹੜਾ ਕਿ ਪੋਸੀਬਲ ਨਹੀਂ ਹੈ, ਐਡੀ ਵੱਡੀਆਂ ਅਮਾਊਂਟਾਂ ਕੋਈ ਨਹੀਂ ਭਰ ਸਕਦਾ ਹੈਗਾ। ਫਿਰ ਪੰਜਾਬ ਦੇ ਵਿੱਚ ਵੀ ਥੋੜੀ, ਪੰਜਾਬ ਦੇ ਜਿਹੜੇ ਹੋਟਲ ਐਸੋਸੀਏਸ਼ਨ ਹੈਗੇ ਆ ਬਾਕੀ ਜ਼ਿਲ੍ਹਿਆਂ ਦੇ ਵਿੱਚ, ਉੱਥੇ ਵੀ ਗੱਲਬਾਤ ਹੋਈ ਹੈ, ਉਹ ਕੀ ਉਹ ਵੀ ਕਹਿ ਰਹੇ ਜੀ? ਡੈਫੀਨੇਟ ਜੀ, ਡੈਫੀਨੇਟ ਸਾਰਿਆਂ ਵਾਸਤੇ ਵੱਡਾ ਕ੍ਰਾਈਸਿਸ ਹੈਗਾ, ਔਰ ਸਾਰਿਆਂ ਨੇ ਮਿਲ ਕੇ ਡਿਸਾਈਡ ਕੀਤਾ ਹੈਗਾ ਵੀ ਅਸੀਂ ਇਹ ਟੈਕਸ ਪੇ ਨਹੀਂ ਕਰਨਾ ਹੈਗਾ, ਅਸੀਂ ਇਹ, ਸਾਡੇ 'ਤੇ ਕੋਈ ਟੈਕਸ ਲੱਗਦਾ ਨਹੀਂ, ਬਣਦਾ ਨਹੀਂ ਗਾ, ਨਾ ਹੀ ਅਸੀਂ ਇਹਨੂੰ ਪੇ ਕਰਨਾ ਹੈਗਾ। ਇਹਦੇ ਨਾਲ ਨਾਲ ਸੈਕਿੰਡ ਥਿੰਗ, ਜਿਹੜਾ ਹੋਟਲ ਇੰਡਸਟਰੀ ਕ੍ਰਾਈਸਿਸ ਆ ਗਈ, ਜਿਹੜੀ ਬਾਹਰ ਦੀ ਐਕਸਾਈਜ਼ ਪਾਲਿਸੀ ਹੈਗੀ, ਜਿਹੜੀ ਗਵਰਨਮੈਂਟ ਨਵੀਂ ਐਕਸਾਈਜ਼ ਪਾਲਿਸੀ ਲੈ ਕੇ ਆਈ ਹੈਗੀ ਹੈ, ਉਹਦੇ ਨਾਲ ਜਿਹੜੇ ਹਾਫ ਆਫ ਦਾ ਬਾਰ ਹੈ ਪੰਜਾਬ ਦੇ, ਅੱਧੇ ਬਾਰ ਇਹ ਨਵੀਂ ਐਕਸਾਈਜ਼ ਪਾਲਿਸੀ ਨਾਲ ਬੰਦ ਹੋ ਜਾਣਗੇ, ਕਿਉਂਕਿ ਇਸ ਐਕਸਾਈਜ਼ ਪਾਲਿਸੀ 'ਚ ਇੰਨੇ ਕੁ ਡਰੋਬੈਕ ਹੈਗੇ ਹੈ, ਉਹ ਕਿਸੇ ਵੀ ਤਰ੍ਹਾਂ ਪ੍ਰੈਕਟੀਕਲ ਨਹੀਂ ਹੋ ਪਾ ਰਹੇ ਹੈ। ਜੇ ਅਸੀਂ ਬ੍ਰਾਂਡ ਦੀ ਗੱਲ ਕਰੀਏ ਤਾਂ ਬ੍ਰਾਂਡਸ ਅਵੇਲੇਬਲ ਨਹੀਂ ਹੈ। ਫਸਟ ਆਫ ਆਲ ਤਾਂ ਜਿਹੜਾ ਇਹਨਾਂ ਨੇ ਇਨਕਰੀਜ਼ ਕੀਤੀ ਹੈਗੀ ਹੈ, ਜੇ ਪਿਛਲੇ ਮੈਂ 50 ਸਾਲ ਦੀ ਗੱਲ ਕਰਾਂ ਤਾਂ ਅੱਜ ਤੱਕ ਜਿਹੜੀ ਬਾਹਰ ਦੀ ਐਨੂਅਲ ਲਾਇਸੈਂਸ ਫੀਸ ਹੈ ਉਹ ਹਮੇਸ਼ਾ 5-10-20% ਵਧੀ ਹੈਗੀ, ਇਹਨਾਂ ਨੇ ਜਸਟ ਡਬਲ ਕਰਤੀ। ਜੇ 3 ਸੀ ਨੋਰਮਲ ਛੋਟੇ ਹੋਟ ਸ਼ਹਿਰਾਂ ਦੇ ਵਿੱਚ ਬਾਹਰ ਦੀ ਫੀਸ, 3-6 ਕਰਤੀ ਜਿਹੜੇ, ਹਾਂਜੀ ਹਾਂਜੀ ਹਾਂਜੀ, ਜਿਹੜੇ ਦੂਜੇ ਸੀਗੇ 2-3 ਸਟਾਰ ਸੀ, ਜੇ ਕਿਸੇ ਦੇ 8 ਸੀ 16 ਕਰਤੀ, 15-30 ਕਰਤੀ ਹੈਗੀ ਆ। ਉਸ ਤੋਂ ਇਲਾਵਾ ਜਿਵੇਂ ਕਿ ਗਵਰਨਮੈਂਟ ਨੇ ਕਿਹਾ ਸੀ ਕਿ 1 ਨੇਸ਼ਨ 1 ਟੈਕਸ ਹੋਏਗਾ, 1 GST ਲੱਗੇਗਾ, ਬਟ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਵੈਟ ਕ੍ਰੀਏਟ ਕਰਕੇ ਬਾਹਰ ਦੇ ਉੱਪਰ 22% ਵੈਟ ਲਾਇਆ, ਜਿਹੜਾ ਕਿ ਅੱਜ ਤੱਕ ਦੀ ਸਭ ਤੋਂ ਵੱਡੀ ਇਨਕਰੀਜ਼ ਹੈ ਆਪਣੇ ਆਪ 'ਚ, ਪੰਜਾਬ 'ਚ ਲੱਗਿਆ ਜਿਹੜਾ, ਇਕੱਲਾ ਪੰਜਾਬ 'ਚ 22% ਵੈਟ ਇਹਨਾਂ ਨੇ ਐਕਸਾਈਜ਼ ਦੇ ਉੱਪਰ ਲਗਾਇਆ ਹੈਗਾ। ਉਮੀਦਾਂ ਬਹੁਤ ਸੀਗੀਆਂ ਪਰ ਉਮੀਦਾਂ ਦੇ ਖਰੀ ਨਹੀਂ ਉਤਰੀ ਸਰਕਾਰ? ਡੈਫੀਨੇਟ ਬਹੁਤ ਉਮੀਦਾਂ ਸੀ ਸਰ, ਪਰ ਬੜੀ ਨਿਰਾਸ਼ਾ ਹੋ ਰਹੀ ਹੈ ਇਸ ਗੱਲ ਤੋਂ, ਵਾਕਈ ਬਹੁਤ ਨਿਰਾਸ਼ਾ ਹੈ ਵੀ ਇਹ ਹੋ ਕੀ ਰਿਹਾ ਹੈਗਾ, ਟ੍ਰੇਡ ਦੀ ਇੰਡਸਟਰੀ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ, ਇਸ ਤਰ੍ਹਾਂ ਦੇ ਰੋਜ਼ ਨਵੇਂ ਟੈਕਸ, ਜਿਹੜਾ ਬਿਜ਼ਨਸਮੈਨ ਹੈ ਹੁਣ ਇਹਨਾਂ ਨਾਲ ਰੋਜ਼ ਲੜੇ ਕਿ ਕੀ ਕਰੇ ਆਪਣਾ ਬਿਜ਼ਨਸ ਕਰੇ। ਸੋ ਸਰਕਾਰਾਂ ਨਾਲ ਲੜਨਾ ਸਾਡੇ ਵਾਸਤੇ ਬੜਾ ਟਫ ਹੈਗਾ, ਬਹੁਤ ਟਫ ਹੈਗਾ, ਕਿਉਂਕਿ ਅਸੀਂ ਆਮ ਆਦਮੀ ਹੈਗੇ ਹਾਂ, ਅਸੀਂ ਆਪਣਾ ਸਟਾਫ ਵੀ ਸੰਭਾਲਣਾ, ਹਰ ਤਰ੍ਹਾਂ ਦੇ ਸਾਡੇ ਐਕਸਪੈਂਡੀਚਰ ਹੈ, ਬਿਜ਼ਨਸ ਵੀ ਚਲਾਉਣਾ ਹੈਗਾ, ਸਰਕਾਰਾਂ ਨਾਲ ਕਿਵੇਂ ਲੜੀਏ ਅਸੀਂ? ਜਿਹੜੀ ਸਰਕਾਰ ਆਉਂਦੀ ਹੈਗੀ ਕੁਛ ਨਾ ਕੁਛ ਨਵਾਂ ਜਿਹੜਾ ਹੈਗਾ ਫਰਮਾਨ ਆਪਣਾ ਲਾਗੂ ਕਰ ਦਿੰਦੀ ਹੈਗੀ ਹੈ, ਬੜਾ ਸੈਟਬੈਕ ਲੱਗ ਰਿਹਾ ਹੈਗਾ ਇੰਡਸਟਰੀ ਨੂੰ। ਉਮੀਦ ਇਸ ਵਾਰ ਸੀਗੀ ਕਿ ਸਰਕਾਰ ਬਦਲੀ ਹੈ, ਤਿਉਹਾਰਾਂ ਦਾ ਸੀਜ਼ਨ ਵੀ ਆ ਰਿਹਾ ਤਾਂ ਸ਼ਾਇਦ ਕੁਛ ਨਾ ਕੁਛ ਰਿਲੈਕਸੇਸ਼ਨ ਮਿਲੂ, ਪਰ ਹੋਇਆ ਬਿਲਕੁਲ ਇਹਦੇ ਉਲਟ ਹੈ। ਬਿਲਕੁਲ ਸਰ, ਫੈਸਟੀਵਲ ਦਾ ਸਾਨੂੰ ਗਿਫਟ ਦਿੱਤਾ ਇਹਨਾਂ ਨੇ, ਬਿਲਕੁਲ ਫੈਸਟੀਵਲ ਦੇ ਉੱਪਰ ਹੀ ਸਾਨੂੰ ਗਿਫਟ ਦਿੱਤਾ ਹੈਗਾ, ਇਹ ਜਿਹੜਾ ਰੋਡ ਅਸੈਸ ਟੈਕਸ ਲੱਗਿਆ ਹੈਗਾ ਇਹ ਸਾਡੇ ਫੈਸਟੀਵਲ ਦੇ ਉੱਪਰ ਹੀ ਸਾਨੂੰ ਇੱਕ ਗਿਫਟ ਦਿੱਤਾ ਹੈਗਾ। ਇਹ ਕਿਸੇ ਹੋਰ ਵੀ ਸਟੇਟ 'ਚ ਹੈਗਾ, ਹਰਿਆਣਾ ਰਾਜਸਥਾਨ ਕਿਤੇ ਉੱਥੇ ਲੱਗਿਆ ਹੋਇਆ? ਨਹੀਂ ਨਹੀਂ ਸਰ, ਇਸ ਫਿਲਹਾਲ ਇਹ ਪੰਜਾਬ ਦੇ ਵਿੱਚ ਹੀ ਹੈਗਾ, ਕੱਲਾ ਹਾਈਵੇਜ਼ ਦੇ ਉੱਪਰ ਨਹੀਂ, ਕੱਲਾ ਇਹਨਾਂ ਨੇ ਇੰਟਰਨਲ GT ਰੋਡ ਦੇ ਉੱਪਰ ਵੀ ਲਾਇਆ ਹੈਗਾ, ਜਦਕਿ GT ਰੋਡ ਜਿਹੜੇ ਇੰਟਰਨਲ ਰੋਡ ਸੀ ਉਹ 30-40 50-50 ਸਾਲ ਪੁਰਾਣੇ ਹੋ ਚੁੱਕੇ ਹੈਗੇ ਆ, ਉਹਦੇ 'ਤੇ ਕੋਈ ਟੈਕਸ ਬਣਦਾ ਹੀ ਨੀਗਾ, ਬਟ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਨੇ ਇੰਪਲੀਮੈਂਟ ਕੀਤਾ ਹੈਗਾ। ਲੱਗਦਾ ਤੁਹਾਨੂੰ ਕਿ ਸਰਕਾਰ ਹੁਣ ਇਹ ਧੱਕੇ 'ਤੇ ਉਤਰ ਆਈ ਹੈ? ਡੈਫੀਨੇਟ ਸਰ, ਹੁਣ ਤਾਂ ਇਸ ਤਰ੍ਹਾਂ ਹੀ ਲੱਗ ਰਿਹਾ ਹੈਗਾ, ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਹੈ, ਅਤੇ ਗੌਰਮੈਂਟ ਜਿਹੜਾ ਹੈਗਾ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ 'ਤੇ ਕੰਸੀਡਰ ਕਰਨਾ ਚਾਹੀਦਾ। ਇਸ ਤਰ੍ਹਾਂ ਫਿਰ ਇੱਕ ਵਾਰੀ ਰਿਕੁਐਸਟ ਕਰਦੇ ਹੈਗੇ ਹਾਂ ਵੀ ਪਹਿਲਾਂ ਵੀ ਸਾਨੂੰ ਲੱਗ ਰਿਹਾ ਸੀ ਵੀ ਅੱਛਾ ਚਲੋ ਚੇਂਜ ਹੋਈ ਹੈ ਤਾਂ ਸਾਡਾ ਬਿਜ਼ਨਸ ਟ੍ਰੇਡ ਬਦਲੂਗਾ, ਸਾਡਾ ਜਿਹੜਾ ਕਰੋਨਾ ਕਾਲ ਸਾਨੂੰ ਜਿੰਨੇ ਲੌਸ ਹੋਏ ਹੈਗੇ ਹੈ ਉਹ ਕਵਰ ਹੋਣਗੇ, ਬਟ ਹੋਇਆ ਕੁਛ ਨਹੀਂ, ਬਸ ਨਿਰਾਸ਼ਾ ਹੀ ਨਿਰਾਸ਼ਾ ਹੱਥ ਲੱਗੀ। ਬਿਲਕੁਲ, ਲੱਗਦਾ ਜੀ ਇਹ ਜਿਹੜਾ ਹੁਣ ਨਵਾਂ ਟੈਕਸ ਲਾਇਆ, ਕਿਉਂਕਿ ਹੋਟਲ ਇੰਡਸਟਰੀ ਪਹਿਲਾਂ ਹੀ ਲੌਸ ਜਾ ਰਹੀ ਹੈ ਕਰੋਨਾ ਤੋਂ ਬਾਅਦ, ਇਹਦਾ ਕਿੰਨਾ ਭਾਰ ਪਊਗਾ ਜੀ? ਸਰ, ਭਾਰ 'ਤੇ ਤਾਂ ਪੈ ਗਿਆ ਜੀ, ਆਪਣਾ ਪਹਿਲਾਂ ਹੀ ਕਰੋਨਾ ਤੋਂ ਬਾਅਦ ਮਸਾਂ ਸਟੈਂਡ ਹੋਣ ਲੱਗੀ ਸੀ ਇੰਡਸਟਰੀ, ਬਟ ਜਿਵੇਂ ਸਟੈਂਡ ਹੋ ਰਹੀ ਸੀ ਨਵਾਂ ਟੈਕਸ ਸਰਕਾਰ ਨੇ ਲਗਾਤਾ, ਪਰ ਅਸੀਂ ਜਿਵੇਂ ਸਰਕਾਰ ਨੂੰ ਵੋਟ ਦਿੱਤੀ, ਚੂਜ਼ ਕੀਤਾ ਸਰਕਾਰ ਨੂੰ, ਸਰਕਾਰ ਆਈ, ਸਾਨੂੰ ਬੜੀਆਂ ਉਮੀਦਾਂ ਸੀ ਸਰਕਾਰ ਤੋਂ ਕਿ ਸਰਕਾਰ ਸਾਡੇ ਵਾਸਤੇ ਕੁਛ ਨਾ ਕੁਛ ਹੋਰ ਇੰਡਸਟਰੀ ਵਾਸਤੇ ਕਰੇਗੀ, ਕਿਉਂਕਿ ਜੋ ਸਰ ਨਾਲ ਅਸੀਂ ਮੀਟਿੰਗ 'ਤੇ ਅਸੀਂ ਗਏ ਸੀ, ਮੈਂ ਸਰ ਦੇ ਨਾਲ ਹੀ ਸੀਗਾ ਜੋ ਕੇਜਰੀਵਾਲ ਦਾ ਮੀਟਿੰਗ ਹੈਗੀ, ਉਦੋਂ ਸਾਨੂੰ ਬੜਾ ਆਸ਼ਵਾਸਨ ਦਿੱਤਾ ਗਿਆ ਕਿ ਸਾਡੇ ਵਾਸਤੇ ਕੁਛ ਨਾ ਕੁਛ ਸੋਚਣਗੇ, ਬਟ ਇਸ ਚੀਜ਼ ਦਾ ਸਾਨੂੰ ਕੀ, ਪਰ ਸਰਕਾਰ ਨੂੰ ਆਏ 6-7 ਮਹੀਨੇ ਹੋ ਗਏ ਹੈ, ਪਰ ਸਾਡੇ ਵਾਸਤੇ ਕੋਈ ਨਵਾਂ ਟੈਕਸ ਲਗਾ ਕੇ ਹੋਰ ਬਹੁਤ ਸਾਡੇ ਇੰਡਸਟਰੀ, ਹਾਂਜੀ ਤਿਉਹਾਰਾਂ ਸੀਜ਼ਨ ਸਾਨੂੰ ਸੀਗਾ ਕਿ ਰਿਲੈਕਸੇਸ਼ਨ ਮਿਲਣੀ ਚਾਹੀਦੀ ਹੈ, ਪਰ ਸਾਡੇ ਤੇ ਹੋਰ ਬੋਝ ਪੈ ਚੁੱਕਿਆ ਤੇ ਹੋਰ ਸਾਡੇ ਤੇ ਟੈਨਸ਼ਨ ਵਗੈਰਾ, ਹੋਰ ਖਰਚੇ, ਐਕਸਪੈਂਡੀਚਰ ਖਰਚੇ, ਪਹਿਲਾਂ ਖਰਚੇ ਨਹੀਂ ਨਿਕਲ ਰਹੇ ਤਾਂ ਹੋਰ ਖਰਚੇ ਇੱਕ ਹੋਰ ਇੰਕਲੂਡ ਹੋ ਗਏ। ਲੱਗਦਾ ਤੁਹਾਨੂੰ ਸਰਕਾਰ ਇਹਤੇ ਕੋਈ ਵਿਚਾਰ ਕਰਨਾ ਚਾਹੀਦਾ? ਜ਼ਰੂਰ ਜੀ, ਵਿਚਾਰ ਕਰਨਾ ਚਾਹੀਦਾ ਸਰਕਾਰ ਨੂੰ, ਤੁਹਾਨੂੰ ਬੜੀ ਉਮੀਦ ਹੈ ਮਾਨ ਸਾਹਿਬ ਤੋਂ ਕਿ ਸਾਡੇ ਤੇ ਕੁਛ, ਸਾਡੇ ਸਰਕਾਰ ਕੁਛ ਸੋਚਣ ਸਾਡੇ ਹੋਟੇਲੀਅਰਸ ਵਾਸਤੇ, ਕਿਉਂਕਿ ਪਿਛਲੇ ਸਰਕਾਰਾਂ ਨੇ ਸਾਡੇ ਬਾਰੇ ਕੁਛ ਹਜੇ ਇੰਨਾ ਨਹੀਂ ਸੋਚਿਆ, ਤੁਹਾਨੂੰ ਇਹਨਾਂ ਸਰਕਾਰ ਤੋਂ ਉਮੀਦ ਸੀਗੀ, ਬਟ ਅਸੀਂ ਇਹੀ ਤੁਹਾਡੇ ਥਰੂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸੁਣੋ ਸਾਡੇ ਹੋਟੇਲੀਅਰਸ ਬਾਰੇ। ਬਿਲਕੁਲ, ਲੱਗਦਾ ਜੀ ਮਹਿਤਾ ਜੀ ਇਹ ਚੀਜ਼ ਜਿਹੜੀ ਹੁਣ ਨਵਾਂ ਟੈਕਸ ਲੱਗਿਆ ਰੋਡ ਨਵਾਂ ਟੈਕਸ ਲਾ ਦਿੱਤਾ ਗਿਆ, ਪਹਿਲਾਂ ਹੀ ਲੌਸ ਹੈਗਾ, ਇੱਕ ਹੋਰ ਭਾਰ ਪੈ ਗਿਆ ਤੁਹਾਡੇ? ਬਿਲਕੁਲ ਪੈ ਗਿਆ ਸਰ,
कोई घट ने वध ने कोई सरकार कोई हैल्प नहीं कर रही लेकिन खर्चे वधा रही है पहला ही खर्चे घट ने घट नहीं ने इस करके होर खर्चे तो बर्दाश्त करने बहुत मुश्किल ने जो हम कोई फंक्शन बुक करता है उत्थे भी तुसी रेट वध कहते तो भी वापस जाते हो बिल्कुल जाते हैं जी क्योंकि लोगों नूं इह तां पता नहीं है कि जी सरकार ने साडे उत्ते किन्ने टैक्स लगाते ते असीं उहनां दे एक्सपेंसिस बेयर करने ने लेकिन लोग तां उही मतलब घट वाले रेट ही दिंदे ने असीं सरकार तों मंग करांगे कि इस ते बहुत विचार करे ते इस टैक्स नूं बिल्कुल वापस लवे एक मैं थोड़ा जिहा सुजैशन हैगा मेरा एक्साइज पॉलिसी दे बारे मैं दसना चाहवांगा कि सरकार ने पहला 3.5 लाख तों 5 लाख तां फीस करती जिहड़ी बहुत ज्यादा है पहला 3 महीने च साढ़े तो 3 लाख रुपया भराया गया जिथे कि साढ़े तो सिर्फ 3 महीने की फीस भरानी चाहिए सी फिर जो नवी सरकार आई उन्हें इनू 3.5 लाख करता सानू वह भी जबरदस्ती भरना पिया हूँ उस तो बाद सब तो ज्यादा जो इंपॉर्टेंट है वह है 22% टैक्स तुम ये सोच के देखो कि कोई भी बंदा जिन्हें विस्की जिन्हें भी ड्रिंक करनी है जिन्हें भी कुछ लेना है मतलब ड्रिंक करनी है वह बार च नहीं आता वह या तो कार च बैठ के पींदा या फिर ठेकियां दे बाहर या उन्होंने पिछे बने हुए हाथियां च पींदा है पहला 5% टैक्स सीगा लोग कहंदे सी चलो कोई गल नहीं 5% टैक्स है आपां दे भी सकदे हां हुण 22% टैक्स देने नूं कोई तैयार नहीं तो तुसीं ऐ समझ लो कि साडी 6 महीनिआं च सेल सिर्फ 1/4 रह गई है तो असीं बहुत ज्यादा परेशान है असीं सरकार तों चाहुंदे हां कि इहनूं इमीजिएटली वापस लिता जावे शुक्रिया थोड़ी एसोसिएशन कोई सरकार तक पहुंच करोगे मुख्यमंत्री तक डेफिनेट असीं अप्रोच कर रहे हैं 2-3 बार असीं सीएम साहब नू ट्राई कीती है मिलने की बट मिले नहीं असी उन्होंने सर्कुलर जड़ा है मेल्स वगैरह असी काफ़ी उन्होंने नाल कीतियां है तो जिहड़े साडे एक्साइज मिनिस्टर है उन्होंने असी अप्रोच की है उन्होंने मिले भी है कितने कितने उन्होंने भरोसा दिलाया है बट कितने लग नहीं रहा भी जिहड़ी स्टिल जिहड़ी एक्साइज पॉलिसी है जे यही हाल रहा तो डेफिनेट अद्धे हॉल बंद हो जाएंगे उस तो अलावा भी जो साडे नाल जिहड़ी कारपोरेशन है वो भी बड़ा धक्का कर रही है कॉल सैट्स को लेकर साढ़े के उपर जो कि कॉल सैट साढ़े तो इंप्लीमेंट नहीं होएगा जी चीज़ साढ़े इंप्लीमेंट नहीं हुई वो भी साढ़े तो धक्के चार्ज की जा रही हैगी है कॉल सैट्स लाता हूँ कैंसर सैट्स ला रहे हैं सो ऐसी तरह के रोज़ रोज़ नवे टैक्सेशन जो लगन गए तो बड़ी मुश्किल होएगी जी बिल्कुल ये पंजाब होटल एसोसीएशन के प्रधान ने तो उन्होंने साथी जिहड़े अज कह रहे हैं कि सरकार की पॉलिसी तो परेशान है क्योंकि पंजाब च आम आदमी पार्टी सरकार है तो एक्साइज टैक्स जो है वो पॉलिसी जी 5% टैक्स वधा के 22 कर दिता गया रोड एसेस टैक्स ला दिता गया यानी चारों पासों होटल इंडस्ट्री को मारा जा रहा हूँ देखते हैं इस संबंध में पंजाब सरकार की इन्हों का हल करती है या होटल इंडस्ट्री फिर इसे सरकार के विरोध में उतरती है कैमरामैन प्रवीण के नाल अमित शर्मा डेली पोस्ट पंजाबी बठिंडा